ਆਖਿਆ ਸ੍ਰੀਨਗਰ ਜਾਈਏ। ਉਹਨੇ ਨੈਸ਼ਨਲ ਕਾਨਫਰੰਸ ਵਾਲੀ ਆਖਿਆ ਆਖਿਆ ਸਫ਼ਰ ਤੁਹਾਡਾ ਵੀ 75 ਵਰੇ ਦਾ, ਸਫ਼ਰ ਸਾਡਾ ਵੀ 75 ਵਰੇ ਦਾ, ਤੁਹਾਡੇ ਦੇ ਸਾਡੇ ਸਫ਼ਰ ਚ ਅੰਤਰ ਇੰਨਾ ਕਰੇ ਕਿ ਜਿਹੜਾ ਤੁਸੀਂ ਸਫ਼ਰ ਤੈਅ ਕੀਤਾ ਉਹਦਾ ਅਲਟੀਮੇਟ ਏਮ ਸੱਤਾ ਪ੍ਰਾਪਤੀ ਆ। ਔਰ ਇਸ 75 ਵਰੇ ਤੁਸੀਂ 40-50 ਵਰੇ ਰਾਜ ਵੀ ਕੀਤਾ, ਪਰਤੀਏ ਵੀ ਆਈ ਏ, ਪਰ ਜਿਹੜਾ ਸਾਡਾ ਸਫ਼ਰ ਆ, ਸਾਡਾ ਸਫ਼ਰ ਸੰਘਰਸ਼ ਦਾ ਆ, ਸਾਡਾ ਸਫ਼ਰ ਰਾਸ਼ਟਰ ਦੀ ਏਕਤਾ ਦਾ ਆ, ਸਾਡਾ ਸਫ਼ਰ ਰਾਸ਼ਟਰ ਦੀ ਏਕਤਾ ਅਖੰਡਤਾ ਦਾ ਸਫ਼ਰ ਆ। ਨਹੀਂ ਰਾਸ਼ਨ ਦੇ ਅਧਿਕਾਰ, ਨਹੀਂ ਪਿਸ਼ਨ ਦੇ ਅਧਿਕਾਰ, ਲੇਕਿਨ ਰਾਸ਼ਨ ਕਾਰਡ ਇਹਦਾ ਵੱਖਰਾ ਕਰਨਾ ਹੀ ਨੂੰ, ਜਾਂ ਤਾਂ ਸਰ TSO ਸਾਹਿਬ ਤੁਸੀਂ ਉਹਨੇ ਕੀ ਸਮਝਾਓ ਲਈ ਹੈ, ਤੇ ਜਾਂ IL ਅਫਸਰ ਟ੍ਰਾਂਸਫਰ ਕਰੋ। ਅਨਨੋਨ ਬੰਦਾ ਸਰ, ਉਹ ਪੜ੍ਹਿਆ ਬੰਦਾ, ਉਹ ਨਹੀਂ ਗੱਲ ਮੰਨਦਾ ਕਿਸੇ ਦੀ, ਜਾਂ ਨਹੀਂ ਤੇ ਨਹੀਂ ਪੁੱਛ ਲਓ। ਦਿਲ ਦੇ ਵੀ ਵੱਜ ਜਾਂਦਾ ਵਿਚਾਰਾ, ਰੋਈ ਆ ਜਾਂਦਾ, ਚੱਲ ਮੇਰੇ ਕੰਨਾ, ਚੱਲ ਮੇਰੇ ਕੰਨਾ, ਕੁੱਥੇ ਜਾਣਾ ਸਰ? ਜੇ ਜਨਾਬ ਦਾ ਨਾਂ ਲੈ ਕੇ ਆਉਣ ਤਾਂ ਪਿੰਬਰ ਦਾ ਕਿਸ਼ੋ, ਉਹਨੇ ਆਦਤਾਂ ਪੈ ਦੀਆਂ 10 ਸਾਲ ਦੀਆਂ, ਠੀਕ ਹੈ, ਬਿਲਕੁਲ ਸਹੀ ਹੈ ਅਸੀਂ। ਜਿਵੇਂ ਸਾਡਾ ਰੋਡ ਆ, ਮੈਂ ਜੇ ਸਾਹਿਬ ਪਰਸੋਂ ਫੋਨ ਕੀਤਾ, ਚੋਰ ਕੀਤਾ ਕਿ ਇਸ ਰੋਡ ਦੀ ਪਲੈਟ ਆਪੀ ਕਰਨੀ ਹੈ ਦੁਬਾਰਾ, ਕਿਉਂਕਿ ਟੁੱਟੀ ਦਾ ਨਾਲੀ ਟੁੱਟੀ ਦਿੱਤੀ, ਨਾਲੀ ਮੈਂ ਬੰਦ ਕਰਨ ਨਿਕਲ ਲੂਗਾ ਜੀ, ਨਹੀਂ ਰੋਡ ਬਣਾ ਦੇ, ਠੀਕ ਹੈ ਸਰ? ਇਹਨੇ ਗਾਈਡ ਲੱਗਦਾ ਹੈ ਜਨਾਬ ਦੇ ਵਿੱਚ ਲੀਡ ਕੀਤੀ, ਸ਼ੇਅਰ ਕੀਤੀ, ਸਾਰੇ ਕੀਤੀ, ਚਲੋ ਬਾਕੀ ਨੇ ਵੀ ਲੇ, ਅਸੀਂ ਵੀ ਲੇ, ਬਾਕੀ ਦੇ ਲੋਕ ਤੁਹਾਡੇ ਕੰਨ ਪਿਆਰ ਕਰਦੇ, ਦਿਲ ਤੋੜ ਕਰਦੇ ਨੇ, ਬਤਾ ਪਿਆਰ ਮੋਦੀ ਸਾਹਿਬ ਕੰਨਾ ਕਰਦੇ, ਤੇ ਬਾਕੀ ਸਰ ਤੁਹਾਡਾ ਰਾਸ਼ਨ ਦੀ ਵੀ ਥੋੜੀ ਰੱਖਿਓ ਜ਼ਰੂਰ। ਲੋਕੋ ਸੇ ਕਹਾ ਥਾ ਕਿ ਮੈਂ ਧੰਨਵਾਦ ਆਭਾਰ ਪ੍ਰਗਟ ਕਰਨੇ ਜ਼ਰੂਰ ਆਊਂਗਾ, ਤੋ ਹਮਨੇ ਯੇ ਪ੍ਰੋਸੈਸ ਯੇ ਕਾਰਜਕ੍ਰਮ ਸ਼ੁਰੂ ਕੀਆ ਹੈ ਔਰ 3-4 ਦਿਨ ਸੇ ਲਗਾਤਾਰ ਹਮ ਲੋਗੋਂ ਕੇ ਬੀਚ ਮੇ ਹੈ, 6-7 ਕਾਰਜਕ੍ਰਮ ਹਮ ਕਰਤੇ ਹੈ। ਆਜ ਪੰਦਰਾੜ ਪੰਚਾਇਤ ਮੇ ਆਦਮੀ ਸਰਪੰਚ ਸਾਹਿਬ ਸਾਹਿਬਾਨ ਇਨਕੇ ਜਿਤਨੇ ਮੇਰੇ ਬਜ਼ੁਰਗ ਮੇਰੀ ਬੜੀ ਮਾਤਰਾ ਮੇ ਮਾਤਰ ਸ਼ਕਤੀ ਔਰ ਇਨਕਾ ਮੈਂ ਸਭ ਕਾ ਧੰਨਵਾਦ ਕੀਆ ਹੈ, ਪਰਿਵਾਰ ਕੀ ਤਰਫ ਸੇ, ਪਾਰਟੀ ਕੀ ਤਰਫ ਸੇ, ਔਰ ਆਪਣਾ ਵੀ ਮੈਂ ਕਿਹਾ ਬਹੁਤ ਆਸ਼ੀਰਵਾਦ ਦਿਆ, ਹਮੇਸ਼ਾ ਇਹ ਗਾਂਵ ਹਮੇ ਆਸ਼ੀਰਵਾਦ ਦਿੱਤਾ ਹੈ, ਸਮਰਥਨ ਦਿੱਤਾ ਹੈ, ਆਗੇ ਬਢਨੇ ਕਾ ਹੌਸਲਾ ਦਿੱਤਾ ਹੈ, ਤੋ ਉਸੀ ਸੰਦਰਭ ਮੇਂ ਯਹਾਂ ਬਿਲਕੁਲ ਨਿਸ਼ਚਿਤ ਤੌਰ ਪਰ ਜਹਾਂ ਵੀ ਜਾ ਰਹਾ ਹੂੰ, ਮੇਰਾ ਸੁਬਹ ਸੇ 6ਟਾ ਕਾਰਜਕ੍ਰਮ ਹੈ ਔਰ ਲੋਕ ਆਪਣੀ ਜੋ ਦੁੱਖ ਤਕਲੀਫ ਹੈ ਬਤਾ ਰਹੇ ਹੈ ਔਰ ਜੋ ਵੀ ਲੋਕੋਂ ਕੀ ਸਮੱਸਿਆਵਾਂ ਹੈ, ਮੇਰੀ ਪ੍ਰਾਥਮਿਕਤਾ ਹੈ ਉਨ ਸਮੱਸਿਆ ਕੋ ਕਮ ਕੈਸੇ ਕੀਆ ਜਾਏ, ਉਨਕਾ ਰਾਸਤਾ ਕੈਸੇ ਢੂੰਡਾ ਜਾਏ, ਕੈਸੇ ਖੋਜੇ ਕਿ ਲੋਕੋਂ ਕੀ ਦੁੱਖ ਤਕਲੀਫ ਕੈਸੇ ਕਮ ਹੋ, ਔਰ ਮੈਨੇ ਲੋਕੋਂ ਕੇ ਇਸ ਸਮੱਸਿਆਓਂ ਕੇ ਸਾਥ ਸਾਥ ਵਿਕਾਸ ਕੇ ਕਾਰਿਓਂ ਕੇ ਸਾਥ ਸਾਥ ਕਹਾ ਹੈ, ਨਿਵੇਦਨ ਕੀਆ ਹੈ, ਪ੍ਰਾਰਥਨਾ ਕੀ ਹੈ ਕਿ ਗਾਂਵ ਮੇਂ ਇੱਕ ਪੰਚਾਇਤ ਮੇਂ ਇੱਕ ਅੱਛਾ ਮਾਹੌਲ ਬਣਾਏ, ਕਿਉਂਕਿ ਇਹਨੋਨੇ ਸਭ ਨੇ ਵੋਟ ਦੀਏ ਤੋ ਮੈਂ MLA ਬਣਾ ਹੂੰ, ਤੋ ਹਮਨੇ ਕਹਾ ਕਿ ਜਿਸਨੇ ਡਾਲੇ ਹੈ ਨਹੀਂ ਡਾਲੇ ਹੈ ਕੋਈ ਬੜਾ ਇਸ਼ੂ ਨਹੀਂ ਹੈ, ਕੋਈ ਬੜਾ ਇਸ਼ੂ ਨਹੀਂ ਹੈ, ਮਗਰ ਜੋ ਆਪਣੇ ਕਾਰਜ ਕੀਆ ਹੈ ਉਸਕੇ ਲੀਏ ਮੈਂ ਆਪਕਾ ਸਭ ਕਾ ਧੰਨਵਾਦ ਕਰਤਾ ਹੂੰ,
हम एक अच्छा माहौल, एक अच्छा माहौल, अच्छा एटमॉस्फेयर गांव में देने का काम करेंगे। कोई भी जो भेदभाव के बगैर हम सबके कार्य करेंगे। हाँ जी, पार्टी के साथ जुड़ने के लिए हाँ, हमारा सदस्यता पर्व भी शुरू हुआ है कि हर साल हम अपनी जो सदस्यता अभियान चलाते हैं तो उसके संदर्भ में भी एक ऑनलाइन एक प्रक्रिया शुरू हुई है और जो 6 दिसंबर तक ये सदस्यता अभियान चलेगा हमारा, तो उसका मैंने लोगों के साथ एक मोबाइल नंबर शेयर किया है जिससे लोग एक मिस कॉल के जरिए हम जुड़ सकते हैं, भारतीय जनता पार्टी का मेम्बर बन सकते हैं। और जिनके पास स्मार्टफोन नहीं है उनके पास ऑफलाइन एक प्रोविजन है, वो सारी बातें हमने की हैं और लोगों को अवेयर कराया कि कैसे ज़्यादा से ज़्यादा भारतीय जनता पार्टी की तरफ जुड़ाव हो, लगाव हो। तो ये भी जहाँ जहाँ भी हम जा रहे हैं ये बात भी रख रहे हैं और लोग बड़े उत्साह से भारतीय जनता पार्टी के साथ भी जुड़ रहे हैं। साढ़ा मीटिंग करने का ये मैसेज है लोगों के, MLA साहब ने 2-3 दिन यह बोल दे कि मैं लोगों का धन्यवाद कर रहा हूँ, तो असें आखिया भी ब्याह शेह बड़े 2-4 दिन ठहरी हो, इन्हें जो मेरा मन है, जो थोड़ा लोगों का मन है, लोग सोचते भी खरा MLA साहब लेट होगा, पर अस टाइम टू टाइम अपना जो प्रोग्राम है जितने की खुशी का जो आभार है लोगों का धन्यवाद करना है, वो साथ साथ भी सभी लोगों भी करना हाँ, ये जो प्रोग्राम है ये MLA साहब का प्रोग्राम है, सू भी उन्हें करना साढ़ा प्रोग्राम जोड़ा है, असें जो इन पार्टी देनी है जी कोई प्रोग्राम करना है, असें थोड़े सामने लाई तो नहीं कि साढ़ा प्रोग्राम आया बखरा होना, थोड़ा टाइम क्ढने पौना, तो आखिर कोई गल नहीं आओगे। हाँ पानी दिखो कंडी का नाम कंडी है ही, कंडी के MLA ने कंडी तो पानी समस्या रोनी रोनी है, ये जिन्हें मर्जी ट्यूबवैल किसी ला, क्योंकि साढ़े कुछ ऐसे व्यू न कि जो पानी 2-2 बत्ती नहीं आवे, तो पानी नहीं 2-2 ट्रांप पानी नहीं, पर ऐसी कोई समस्या नहीं है फिलहाल। समस्या मोदी साहब ने जो सू JJM दियाँ बड़ी बड़ी स्कीम दी है उस हिसाबे ऑलमोस्ट वो कंप्लीट होने वाली है, ठीक है नी, तो जल्द कंप्लीट हो जाए तो उस समस्या बड़ी घटी जानी है, बाकी इन्नी कोई बड़ी समस्या नहीं, अस आपू दिखने लोकल बंदे हैं, ट्यूबवैल अस आपू दिखने रोज आपू जन्ने, कुछ बंदे पुछ लो नहीं, तो बाकी समस्या काफ़ी समस्या क्या लगता है आश्वासन नहीं सानू उन्हें जदों लिए आश्वासन देता जो जीते ना, उन्हें आखिया भी कोई गल जी समस्या मेरे नाले में पाओ, असें इंटर सामने तंग पजाई जाने भी लोग आपू बोलन भी समस्या है की है, अस बोल के थोड़ा जहाँ वह इंप्लीमेंट घट हों, हूँ लोगों की सामने दिखी लिया, हूँ जे साहब भी आए हैं, एक्सल साहब भी आए हैं, जेडी जेडी भी बिजली के उदे पानी के मतलब मुलायम ने अस उन्हें भी डिस्कस करने, क्योंकि MLA साहब नहीं पता है प्रॉब्लम पिछले की है, सूँ पता है जी मकैनिकल के साढ़े को 2 ट्यूबवैल ने 2 मुलायम ने, सूँ मुलायम चाहिए 6-4 मुलायम नहीं है, वह सू 2-3 मुलायम हो जाएंगे सारी पानी समस्या हल हो जाती है, ऐसी कोई गल नहीं है, बाकी ठीक है, थोड़ा भी धन्यवाद मीडिया वाले भी जो मेरे पिंड आए बार बार आते हो, थैंक्स डॉक्टर साहब, ठीक।